ਬੀਐਡ ਦੇ ਵਿਦਿਆਰਥੀਆਂ ਨੂੰ ਇੱਕ ਸਮੱਸਿਆ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਸਟ੍ਰੀਮ ਕਿਹੜੀ ਚੂਜ਼ ਕਰਨੀ ਹੈ ਜਦੋਂ ਪੀ ਐੱਸ ਟੈਟ ਫਿਲ ਕਰਨਾ ਹੈ। ਇਹ ਜਾਣ ਲੈਣਾ ਜ਼ਰੂਰੀ ਹੈ ਕਿ ਪੀ ਐੱਸ ਟੈਟ ਵਿੱਚ ਔਰ ਸੀ ਟੈਟ ਵਿੱਚ ਜੋ ਪੈਡਾਗੋਜੀਕਲ ਸਬਜੈਕਟ ਨੇ ਉਹਨਾਂ ਦੀਆਂ ਆਪਸ਼ਨਸ ਦੀ ਡਿਫਰੈਂਸ ਹੈ। ਪਹਿਲਾਂ ਸੀ ਟੈਟ ਵਾਂਗ ਦੋ ਹੀ ਸਟ੍ਰੀਮ ਹੁੰਦੀਆਂ ਸਨ, ਇੱਕ ਮੈਥ ਸਾਇੰਸ ਸਟ੍ਰੀਮ ਜਾਂ ਸਾਇੰਸ ਸਟ੍ਰੀਮ ਕਹਿ ਦਿੰਦੇ ਜਿਹਦੇ ਵਿੱਚ ਮੈਥ ਦੇ ਕੁਸ਼ਚਨ ਹੁੰਦੇ ਆ, ਉਹ ਬਾਅਦ ਵਿੱਚ ਦੱਸਦੇ ਹਾਂ ਕਿ ਕਿਹੜੇ ਕਿਹੜੇ ਕੁਸ਼ਚਨ ਕਿੰਨੇ ਪ੍ਰਪੋਰਸ਼ਨ 'ਚ ਪੁੱਛੇ ਜਾਂਦੇ ਹਨ। ਦੂਸਰੀ ਸੋਸ਼ਲ ਸਾਇੰਸ ਸਟ੍ਰੀਮ ਸੀ, ਤੀਸਰੀ ਕੋਈ ਸਟ੍ਰੀਮ ਨਹੀਂ ਸੀ ਹੁੰਦੀ। ਲੇਕਿਨ ਪੰਜਾਬ ਗਵਰਨਮੈਂਟ ਨੇ ਜੋ ਪੰਜਾਬ ਵੱਲੋਂ ਪੀ ਐੱਸ ਟੈਟ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਭਰਤੀਆਂ ਉਹਨਾਂ ਸਕੂਲਾਂ ਵਿੱਚ ਭਰਤੀਆਂ ਲਈ ਡਿਫਰੈਂਟ ਪੈਡਾਗੋਜੀਕਲ ਸਬਜੈਕਟ ਜਾਂ ਸਟ੍ਰੀਮ ਨੂੰ ਚੂਜ਼ ਕਰਨ ਦਾ ਜਿਹੜਾ ਆਪਸ਼ਨ ਹੈ ਤੁਹਾਡੇ ਸਾਹਮਣੇ ਰੱਖਿਆ ਹੈ, ਤਾਂ ਥੋੜ੍ਹੀ ਕਨਫਿਊਜ਼ਨ ਆ ਰਹੀ ਹੈ। ਇਹਦੇ ਵਿੱਚ 168 ਪੋਸਟਾਂ ਜੋ ਫਿਜ਼ੀਕਲ ਐਜੂਕੇਸ਼ਨ ਦੀਆਂ ਸਨ, ਪਿੱਛੇ ਜੇ ਹਾਈ ਕੋਰਟ ਦੇ ਕੋਲ ਕੇਸ ਜਦੋਂ ਗਿਆ ਹੈ ਤਾਂ ਉਹਨਾਂ ਕੋਲ ਫਿਜ਼ੀਕਲ ਐਜੂਕੇਸ਼ਨ ਦਾ ਟੈਟ ਨਹੀਂ ਸੀ, ਲੇਕਿਨ ਨੋਟੀਫਿਕੇਸ਼ਨ ਵਿੱਚ ਜਾਂ ਐਡਵਰਟਾਈਜ਼ਮੈਂਟ ਜਿਹੜੀ ਦਿੱਤੀ ਗਈ ਸੀ ਉਹਦੇ ਵਿੱਚ ਸਿਰਫ ਟੈਟ ਐਲੀਜੀਬਿਲਟੀ ਰੱਖੀ ਗਈ ਸੀ। ਇਸ ਦੇ ਨਾਲ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਕੁਛ ਪੋਸਟਾਂ ਮਿਊਜ਼ਿਕ ਦੀਆਂ ਵੀ ਸਨ, ਲੇਕਿਨ ਮਿਊਜ਼ਿਕ ਦਾ ਜੋ ਟੈਟ ਨਹੀਂ ਸੀ ਹੁੰਦਾ, ਸੋਸ਼ਲ ਸਾਇੰਸ ਦਾ ਟੈਟ ਪਾਸ ਕੀਤਾ ਹੋਇਆ ਸੀ ਉਹਨਾਂ ਨੂੰ ਜੁਆਇਨਿੰਗ ਕਰਵਾ ਲਈ ਗਈ ਹੈ। ਇਟ ਮੀਨਸ ਕਿ ਸੋਸ਼ਲ ਸਟੱਡੀ ਵਾਲੀਆਂ ਜਿਹੜੀਆਂ ਪੋਸਟਾਂ ਸਨ ਉਹਨਾਂ ਦੇ ਕੈਂਡੀਡੇਟ ਜਿਹੜੇ ਸੋਸ਼ਲ ਸਟੱਡੀਜ਼ ਪੀ ਐੱਸ ਟੈਟ ਕਲੀਅਰ ਕੀਤਾ ਹੈ ਉਹ ਮਿਊਜ਼ਿਕ ਵਿੱਚ ਲੱਗ ਚੁੱਕੇ ਹਨ। ਪਰ ਇਸ ਨੂੰ ਫਾਈਨਲ ਨਹੀਂ ਸਮਝਣਾ ਚਾਹੀਦਾ, ਜਿਹੜਾ ਕੇਸ ਚੱਲ ਰਿਹਾ ਹੈ ਫਿਜ਼ੀਕਲ ਐਜੂਕੇਸ਼ਨ ਦਾ ਫਿਲਹਾਲ ਅੱਗੇ ਚੱਲ ਰਿਹਾ ਹੈ ਉਹਦੇ ਵਿੱਚ, ਕਿਉਂਕਿ ਫਿਜ਼ੀਕਲ ਐਜੂਕੇਸ਼ਨ ਦਾ ਟੈਟ ਉਦੋਂ ਨਹੀਂ ਸੀ ਲਿਆ ਗਿਆ, ਉਸ ਤੋਂ ਬਾਅਦ ਪੋਸਟਾਂ ਐਡਵਰਟਾਈਜ਼ਮੈਂਟ ਹੋਣ ਤੋਂ ਬਾਅਦ ਟੈਟ ਲਿਆ ਗਿਆ ਫਿਜ਼ੀਕਲ ਐਜੂਕੇਸ਼ਨ ਦਾ, ਦੈਟ ਇਜ਼ ਵਾਈ ਉਹ ਵਿਵਾਦ ਚੱਲ ਰਿਹਾ ਹੈ। ਹੁਣ ਇਹ ਗੱਲਾਂ ਕਿਉਂ ਦੱਸੀਆਂ ਜਾ ਰਹੀਆਂ ਹਨ, ਕਿਉਂਕਿ ਖੁਦ ਐੱਸ ਸੀ ਆਰ ਟੀ ਜਾਂ ਪੰਜਾਬ ਰਿਕਰੂਟਮੈਂਟ ਜੋ ਵੀ ਸੈੱਲ ਹੈ ਹਜੇ ਕਨਫਿਊਜ਼ਨ, ਹਾਈ ਕੋਰਟ ਕਨਫਿਊਜ਼ਨ ਸਟੇਟ ਵਿੱਚ ਨੇ ਕਿ ਕੀ ਜਿਹੜਾ ਐਲੀਜੀਬਿਲਟੀ ਹੈ ਫਿਜ਼ੀਕਲ ਐਜੂਕੇਸ਼ਨ ਵਿੱਚ ਲੱਗਣ ਲਈ ਫਿਜ਼ੀਕਲ ਐਜੂਕੇਸ਼ਨ ਹੀ ਚਾਹੀਦਾ ਹੈ ਜਾਂ ਸੋਸ਼ਲ ਸਟੱਡੀ ਸਟ੍ਰੀਮ ਵਾਲਾ ਸ਼ਖਸ ਫਿਜ਼ੀਕਲ ਐਜੂਕੇਸ਼ਨ 'ਚ ਲੱਗ ਸਕਦਾ ਹੈ। ਪਰ ਕਲੈਰਿਟੀ ਕਿੱਥੋਂ ਹੁੰਦੀ ਹੈ, ਕਿਉਂਕਿ ਹੁਣ ਜਿਹੜੇ ਪੀ ਐੱਸ ਟੈਟ ਵਿੱਚ ਆਪਸ਼ਨ ਆ ਗਈਆਂ ਹਨ ਪਹਿਲਾਂ ਆਪਸ਼ਨ ਨਹੀਂ ਸੀ ਆਉਂਦੀਆਂ, ਪਹਿਲਾਂ ਤਾਂ ਹੁਣ ਵਾਲੇ ਕੈਂਡੀਡੇਟ ਦਾ ਵਿਰੋਧ ਹੋ ਸਕਦਾ ਹੈ, ਬਾਅਦ ਵਿੱਚ ਕੋਰਟ ਵਿੱਚ ਜਾ ਸਕਦੇ ਨੇ, ਕਿਉਂਕਿ ਸਾਡੇ ਕੋਲ ਦੋਨੋਂ ਹੀ ਐਵੀਡੈਂਸਿਸ ਨੇ ਕਿ ਮਿਊਜ਼ਿਕ ਵਾਲਿਆਂ ਨੂੰ ਜੁਆਇਨ ਕਰਵਾ ਲਿਆ ਗਿਆ ਹੈ, ਨੋਨ ਮਿਊਜ਼ਿਕ ਵਿੱਚ ਪੀ ਐੱਸ ਟੈਟ ਕਲੀਅਰ ਕੀਤਾ ਸੀ। ਸੋ ਤੁਹਾਡਾ ਇਹ ਕੁਸ਼ਚਨ ਜਿਹੜਾ ਸੀ ਕਿ ਮੈਂ ਕਿਹੜੀ ਸਟ੍ਰੀਮ ਚੂਜ਼ ਕਰਨੀ ਹੈ, ਪਹਿਲੀ ਤਾਂ ਗੱਲ ਇਹ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਪੀ ਐੱਸ ਟੈਟ ਦੇ ਸਕਦੇ ਹੋ, ਸੋਸ਼ਲ ਸਾਇੰਸ ਵਾਲਿਆਂ ਦਾ ਬਿਲਕੁਲ ਕਲੀਅਰ ਹੈ, ਜਿਹੜੀਆਂ ਜਦੋਂ ਤੁਸੀਂ ਬੀ ਐੱਡ ਐਂਟਰੈਂਸ ਟੈਸਟ ਵੀ ਦਿੱਤਾ ਸੀ ਉਹਨਾਂ ਵਿਚਕਾਰ ਇਹ ਹੈ ਮੇਰੇ ਕੋਲ। ਹਾਂ, ਇੱਥੇ ਐੱਨ ਸੀ ਟੀ ਨੇ 14, 12, 13 ਵਿਸ਼ੇ ਜਿਹੜੇ ਦਿੱਤੇ ਹੋਏ ਨੇ ਸੋਸ਼ਲ ਸਾਇੰਸ ਦੇ, ਜੇਕਰ ਤੁਸੀਂ ਗ੍ਰੈਜੂਏਸ਼ਨ ਵਿੱਚ ਉਹ ਪੜ੍ਹੇ ਹੋਏ ਨੇ ਉਹਦਾ ਕੰਬੀਨੇਸ਼ਨ ਪੜ੍ਹਿਆ ਹੋਇਆ ਹੈ, ਫੋਰ ਐਗਜ਼ਾਮਪਲ ਦੋ ਹਿਸਟਰੀ ਜੋਗ੍ਰਾਫੀ ਹੈ ਨਾ, ਇਹ ਇੱਦਾਂ ਪੜ੍ਹੇ ਹੋਏ ਤਾਂ ਤੁਹਾਡਾ ਸੋਸ਼ਲ ਸਾਇੰਸ ਸਟ੍ਰੀਮ ਹੀ ਬਣਨਾ ਹੈ ਹਰ ਹਾਲਤ ਵਿੱਚ। ਸੋ ਇਹ ਵਿਸ਼ੇ ਹਨ ਜਿਹਨਾਂ ਦਾ ਸੋਸ਼ਲ ਸਾਇੰਸ ਹੀ ਬਣ ਰਿਹਾ ਹੈ, ਹਿਸਟਰੀ ਜੋਗ੍ਰਾਫੀ, ਪੋਲੀਟੀਕਲ ਸਾਇੰਸ, ਸੋਸ਼ੋਲੋਜੀ, ਇਕਨੋਮਿਕਸ, ਪਬਲਿਕ ਐਡਮਿਨਿਸਟ੍ਰੇਸ਼ਨ, ਫਿਲਾਸਫੀ, ਸਾਈਕੋਲੋਜੀ, ਐਜੂਕੇਸ਼ਨ, ਡਿਫੈਂਸ ਸਟੱਡੀਜ਼, ਰਿਲੀਜੀਅਸ ਸਟੱਡੀਜ਼, ਸੋਸ਼ਲ ਵਰਕ ਐਂਡ ਕਮਿਊਨਿਟੀ ਐਜੂਕੇਸ਼ਨ। ਪਰ ਇਹ ਜਾਣ ਲੈਣਾ ਚਾਹੀਦਾ
ਚਾਹੀਦਾ ਹੈ। ਪਿਛਲੀਆਂ ਬਹੁਤ ਸਾਰੀਆਂ ਵੀਡੀਓ ਵਿੱਚ ਇਹ ਵਾਰ ਵਾਰ ਗੱਲ ਮੈਂ ਕਹੀ ਹੈ ਕਿ ਸਕੂਲ ਸਬਜੈਕਟ ਸੋਸ਼ਲ ਸਾਇੰਸ ਵਾਲੇ ਜ਼ਿਆਦਾ ਪ੍ਰੈਫਰ ਕਰਨੇ ਹੈ ਜੇ ਤੁਸੀਂ ਐਡੀਸ਼ਨਲ ਪੇਪਰ ਦੇਣਾ ਹੈ। ਸੋ ਇਹ ਜ਼ਿਆਦਾ ਜਲਦੀ ਐਲੀਜੀਬਲ ਬਣਦੇ ਨੇ, ਉਹ ਜਿਹੜੇ ਬਣਦੇ ਨੇ ਉਹ ਇਹ ਚਾਰ ਸਬਜੈਕਟ ਹੈ ਜਿਹੜੇ 10th ਤੱਕ ਪੜ੍ਹਾਏ ਜਾਂਦੇ ਨੇ। ਇਹਨਾਂ ਵਿੱਚੋਂ ਵੀ ਤਿੰਨ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਮਝੇ ਜਾਂਦੇ ਨੇ, ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਸਮਝੇ ਜਾਂਦੇ ਹਨ। ਸੋ ਇਹ ਗੱਲਾਂ ਵੱਖਰੀਆਂ ਹਨ, ਇਹ ਜਿਨ੍ਹਾਂ ਨੇ ਸਬਜੈਕਟ ਪੜ੍ਹੇ ਨੇ ਉਹ ਸੋਸ਼ਲ ਸਾਇੰਸ ਸਟਰੀਮ ਹੀ ਲੈਣਗੇ। ਦੂਸਰਾ ਵਿਵਾਦ ਹੈ ਕਿ ਕਮਰਸ ਵਾਲੇ ਕੀ ਕਰਨ, ਕਮਰਸ ਵਾਲਿਆਂ ਨੂੰ ਐਡੀਸ਼ਨਲ ਪੇਪਰ ਹੀ ਦੇਣਾ ਪੈਣਾ ਹੈ, ਐਡੀਸ਼ਨਲ ਪੇਪਰ ਉਹ ਨੋਰਮਲੀ ਸੋਸ਼ਲ ਸਾਇੰਸ ਵਿੱਚ ਹੀ ਜਾਣਗੇ। ਅਤੇ ਹਾਂ, ਜੇ ਕੋਈ ਯੂਨੀਵਰਸਿਟੀ ਇਹ ਮੈਥਸ ਦਾ ਲੈਂਦੀ ਹੈ ਤਾਂ ਉਹ ਦੇ ਸਕਦੇ ਨੇ, ਹੈ ਨਾ, ਮੈਥ ਇਕਨੋਮਿਕਸ ਹੈ, ਇਸ ਤਰ੍ਹਾਂ ਵੀ ਕੰਬੀਨੇਸ਼ਨ ਬਣ ਸਕਦਾ ਹੈ, ਉੱਥੇ ਵਿਵਾਦ ਹੋਏਗਾ। ਅਗਲਾ ਮੁੱਦਾ ਮੈਂ ਚੱਕਦਾ ਹਾਂ ਮੈਥ ਇਕਨੋਮਿਕਸ ਵਾਲਿਆਂ ਦਾ ਕੀ ਬਣਨਾ ਹੈ, ਪਹਿਲਾਂ ਇਹ ਸਮਝ ਲਈਏ ਕਿ ਕਮਰਸ ਵਾਲਿਆਂ ਦਾ ਕੀ ਬਣਨਾ ਹੈਗਾ। ਮੋਸਟਲੀ ਜਿਹੜੇ ਕਮਰਸ ਵਾਲੇ ਨੇ ਉਹ ਸੋਸ਼ਲ ਸਾਇੰਸ TGD ਮਾਸਟਰ ਕੇਡਰ ਲਈ ਐਲੀਜੀਬਿਲਟੀ ਲਈ ਜਾਂਦੇ ਨੇ, ਔਰ ਉਹ ਇਹਨਾਂ ਉਹਨਾਂ ਨੂੰ ਮੈਂ ਪਿੱਛੇ ਵੀ ਪਹਿਲਾਂ ਵੀ ਸੁਜੈਸਟ ਕਰਾਇਆ ਹਾਂ, ਉਹ ਐਡੀਸ਼ਨਲ ਹਿਸਟਰੀ, ਜੋਗ੍ਰਾਫੀ, ਪੋਲੀਟੀਕਲ ਅਤੇ ਇਕਨੋਮਿਕਸ ਇਹਨਾਂ 'ਚੋਂ ਪੇਪਰ ਦੇ ਸਕਦੇ ਨੇ। ਸੋ ਇਹਨਾਂ 'ਚੋਂ ਪੇਪਰ ਦਿੰਦੇ ਨੇ ਅਤੇ ਨੈਚੁਰਲੀ ਹੈ ਕਿ ਕਮਰਸ ਵਾਲੇ ਕੈਂਡੀਡੇਟ ਨੇ ਜੇ ਐਲੀਜੀਬਲ ਬਣਨਾ ਹੈ PSTET ਕਿਹੜੇ ਚੂਜ਼ ਕਰਨਾ ਚਾਹੀਦਾ ਹੈ, ਕਿਉਂਕਿ ਗ੍ਰੈਜੂਏਸ਼ਨ 'ਚ ਦੇਣਾ ਪੈਣਾ ਹੈ ਐਲੀਜੀਬਲ ਬਣਨ ਲਈ, ਫਿਰ ਉਹ ਇਹੀ ਚੂਜ਼ ਕਰਨਗੇ। ਪਰ ਉਹ ਕੈਂਡੀਡੇਟ ਕਮਰਸ ਦਾ ਜਿਹੜਾ ਮੈਥ ਐਡੀਸ਼ਨਲ ਪੇਪਰ ਦੇਣਾ ਚਾਹੁੰਦਾ ਹੈ ਜਾਂ ਇਹ ਜਿਹੜਾ ਸਾਇੰਸ ਦਾ ਹੋ ਨਹੀਂ ਸਕਦਾ, ਮੈਥ ਦਾ ਦੇਣਾ ਚਾਹੁੰਦਾ ਹੈ, ਉਹ ਮੈਥ ਸਾਇੰਸ ਨੂੰ ਚੂਜ਼ ਕਰ ਸਕਦਾ ਹੈ। ਪਰ ਪ੍ਰੋਬਲਮ ਕੀ ਹੈ, ਇਸ ਨੂੰ ਚੰਗੀ ਤਰ੍ਹਾਂ ਸਮਝ ਲਈਏ। ਬੋਰਡ 'ਤੇ ਜਾ ਕੇ ਸਮਝਦੇ ਹਾਂ ਕਿ ਜੇਕਰ ਤੁਸੀਂ ਚੂਜ਼ ਕਰਦੇ ਹੋ ਮੈਥ ਇਕਨੋਮਿਕਸ, ਐਡੀਸ਼ਨਲ ਮੈਥ ਇਕਨੋਮਿਕਸ, ਓਕੇ, ਅਤੇ ਜਦੋਂ ਤੁਸੀਂ ਜਿਹੜਾ PSTET ਹੈ, PSTET, ਓਕੇ, ਕਲਰ ਚੇਂਜ ਕਰਨਾ ਹੈ ਤਾਂ ਕਰ ਲੈਂਦੇ ਹਾਂ, ਇਹ ਲਓ ਯੈਲੋ ਹੋ ਗਿਆ। ਸੋ ਇੱਥੇ ਤੁਸੀਂ ਮੈਥ ਗ੍ਰੈਜੂਏਸ਼ਨ ਵਿੱਚ ਪੜ੍ਹਿਆ, ਇਹ ਗ੍ਰੈਜੂਏਸ਼ਨ 'ਚ ਪੜ੍ਹਿਆ ਜਾਂ ਤੁਸੀਂ ਐਡੀਸ਼ਨਲ ਪੇਪਰ ਦੇ ਦਿੱਤੇ, ਉਹ ਵੀ ਗ੍ਰੈਜੂਏਸ਼ਨ ਦੇ ਦਿੱਤੇ, ਪਰ PSTET ਵਿੱਚ, ਇੱਥੇ PSTET ਦੁਆਰਾ ਇੱਧਰ ਐਰੋ ਪਾ ਦਿੰਦਾ ਹਾਂ, PSTET ਵਿੱਚ ਤੁਹਾਨੂੰ 60 ਕੁਸ਼ਚਨ ਜਿਹੜੇ ਆਉਣੇ ਹੈ, ਜਾਂ ਤਾਂ ਤੁਸੀਂ ਉਹ ਮੈਥ ਸਟਰੀਮ ਵਿੱਚ ਆਉਂਦੇ ਹੋ ਅਤੇ ਨਾਲ ਉਹਦੇ ਨਾਲ ਸਾਇੰਸ ਹੀ ਤੁਹਾਨੂੰ ਮਿਲਣੀ ਹੈ, ਇਹ ਗੱਲ ਯਾਦ ਰੱਖਣ ਯੋਗ ਹੈ। ਜੇ ਤੁਸੀਂ SST ਚੁਣਦੇ ਹੋ ਤਾਂ ਤੁਹਾਨੂੰ ਨੈਚੁਰਲੀ ਹੈ ਕਿ SST ਹੀ, ਜਿਹਦੇ ਵਿੱਚ ਹਿਸਟਰੀ ਦੇ ਕੁਸ਼ਚਨ, ਪੋਲੀਟੀਕਲ ਸਾਇੰਸ ਦੇ ਕੁਸ਼ਚਨ ਔਰ ਜੋਗ੍ਰਾਫੀ ਦੇ, ਇਕਨੋਮਿਕਸ ਦੇ ਨਹੀਂ ਆਉਂਦੇ, ਇਹ ਕੁਸ਼ਚਨ ਪੁੱਛੇ ਜਾਣਗੇ। ਹਾਂ, ਜੇ ਹੁਣ ਪ੍ਰੋਬਲਮ ਇਹ ਹੈ ਕਿ ਜਿਨ੍ਹਾਂ ਨੇ ਮੈਥ ਚੂਜ਼ ਕਰਨਾ ਹੈ ਤਾਂ ਕੀ ਉਹ ਇਹ ਵਾਲਾ ਆਪਸ਼ਨ ਫਿਲ ਕਰ ਸਕਦੇ ਹਨ, ਕਿਉਂਕਿ ਮੈਥ ਦੇ ਜਿਹੜੇ ਐਲੀਜੀਬਲ ਬਣਨਾ ਚਾਹੁੰਦੇ ਨੇ ਕੈਂਡੀਡੇਟ, ਉਹਨਾਂ ਨੂੰ ਸਾਇੰਸ ਔਖੀ ਲੱਗਦੀ ਹੋ ਸਕਦੀ ਹੈ, ਉੱਥੇ ਉਹ ਸੋਸ਼ਲ ਸਾਇੰਸ ਨਾਲ PSTET ਦੇ ਸਕਦੇ ਹਨ। ਪਰ ਮੇਰੇ ਇਸ ਡਿਸੀਜ਼ਨ ਨੂੰ ਪੂਰਾ ਤਰ੍ਹਾਂ ਫਾਈਨਲ ਨਾ ਸਮਝਿਆ ਜਾਵੇ, ਕਿਉਂਕਿ ਜਿਹੜੇ ਪਿੱਛੇ ਸ਼ੁਰੂ 'ਚ ਮੈਂ ਕੇਸ ਡਿਸਕਸ ਕਰਕੇ ਆਇਆ ਹਾਂ, ਉੱਥੇ ਇਹ ਅੱਗੇ ਜਾ ਕੇ ਵਿਵਾਦ ਜ਼ਰੂਰ ਬਣੇਗਾ। ਸੋ ਇਹ ਕੈਂਡੀਡੇਟ ਬੇਸ਼ੱਕ ਬਹੁਤ ਘੱਟ ਹੋਣਗੇ, ਪਰ ਇਹਨਾਂ ਨੂੰ ਡਿਸੀਜ਼ਨ ਲੈਣਾ ਪੈਣਾ ਹੈ ਕਿ ਕੀ ਮੈਂ ਜੇ ਮੈਥ ਵਿੱਚ ਮੈਥ ਇਕਨੋਮਿਕਸ ਪੜ੍ਹੀ ਹੈ ਅਤੇ ਮੈਥ ਲੈਣਾ ਚਾਹੁੰਦਾ ਹਾਂ, ਮੈਥ ਵਾਲਾ ਆਪਸ਼ਨ ਲੈਣਾ ਚਾਹੁੰਦਾ ਹਾਂ, ਤਾਂ ਸਾਇੰਸ ਦੇ ਲਗਭਗ 20 ਕੁਸ਼ਚਨ ਜਿਹੜੇ ਹੈ, 20 ਇਹ ਕੁਸ਼ਚਨ ਹੋ ਗਏ, 15 ਜਿਹੜੇ ਹੈ
40 60 ਹੋ ਗਏ ਨਾ ਲਗਭਗ, ਹਾਂ 25 25 ਕੁਐਸਚਨ ਜਾਂ 22 22 23 23 ਕੁਐਸਚਨ ਜਿਹੜੇ ਨੇ ਇਹ ਹੋਣਗੇ, ਔਰ ਲਗਭਗ 15 16 ਕੁਐਸਚਨ ਜਿਹੜੇ ਪੈਡਾਗੋਜੀ ਦੇ ਹੋਣਗੇ, ਇਹ 60 ਕੁਐਸਚਨ ਬਣਨਗੇ। ਇਹ 60 ਕੁਐਸਚਨ ਦੇ ਵਿੱਚ ਸਾਇੰਸ ਪੋਰਸ਼ਨ ਉਹਨਾਂ ਨੂੰ ਫਿਰ ਪੜ੍ਹਨਾ ਪਏਗਾ, ਉਹਨਾਂ ਲਈ ਇਹ ਦਿੱਕਤ ਹੋ ਸਕਦੀ ਹੈ। ਪਰ ਹਜੇ ਤੱਕ ਸੀ ਟੈਟ ਦੇ ਵਿੱਚ ਜਾਂ ਪੀ ਐੱਸ ਟੈਟ, ਆਹ ਜਿਹੜੀਆਂ ਡਿਵੀਜ਼ਨ ਦਿੱਤੀਆਂ ਗਈਆਂ ਹਨ 6 7 8, ਉਹਨਾਂ ਤੋਂ ਇਲਾਵਾ ਜੇ ਤੁਸੀਂ ਪੀ ਐੱਸ ਟੈਟ ਦਿੰਦੇ ਹੋ ਤੁਹਾਨੂੰ ਕੁਛ ਵੀ ਨਹੀਂ ਸੀ ਪੁੱਛਿਆ ਜਾਂਦਾ। ਤੁਸੀਂ ਕੋਈ ਵੀ ਪੇਪਰ ਦਿਓ, ਬੇਸ਼ੱਕ ਤੁਸੀਂ ਇਹ ਪੜ੍ਹਿਆ ਵੀ ਨਹੀਂ ਹੈ, ਇਹ ਕਨਫਿਊਜ਼ ਕਰੇਗਾ, ਬੇਸ਼ੱਕ ਤੁਸੀਂ ਸੋਸ਼ਲ ਸਾਇੰਸ ਨਹੀਂ ਪੜ੍ਹੀ, ਪਰ ਤੁਸੀਂ ਉਹਦਾ ਪੇਪਰ ਦੇ ਸਕਦੇ ਹੋ, ਕੋਈ ਰੋਕੇਗਾ ਨਹੀਂ, ਹੈ ਨਾ। ਹਾਂ, ਕਿਉਂ ਤੁਸੀਂ ਚੂਜ਼ ਕਰਦੇ ਹੋ? ਕਿਉਂਕਿ ਗ੍ਰੈਜੂਏਸ਼ਨ 'ਚ ਜੇ ਮੈਂ 3 ਪੜ੍ਹੇ ਹੋਏ ਨੇ ਜਾਂ ਇਹਨਾਂ ਨਾਲ ਰਿਲੇਟਡ ਸੋਸ਼ਲ ਸਾਇੰਸਿਸ ਪੜ੍ਹੀਆਂ ਹੋਈਆਂ ਹਨ, ਅਤੇ ਇਹ 60 ਕੁਐਸਚਨ 'ਚੋਂ ਜਿਹੜੇ 45 ਕੁਐਸਚਨ ਕੰਟੈਂਟ ਦੇ ਇਹਨਾਂ ਦੇ ਹੋਣੇ ਨੇ, ਉਹਨਾਂ ਦਾ ਆਨਸਰ ਦੇਣ ਲਈ ਤੁਸੀਂ ਜ਼ਿਆਦਾ ਈਜ਼ੀ ਹੋ ਸਕਦਾ ਹੈ, ਔਰ ਉਹਨਾਂ ਦੇ ਤੁਸੀਂ ਕਰੈਕਟ ਆਨਸਰ ਜ਼ਿਆਦਾ ਦੇ ਸਕਦੇ ਹੋ, ਉਹਨਾਂ ਦੇ ਤੁਸੀਂ ਗੇਨ ਸਕੋਰ ਗੇਨ ਜ਼ਿਆਦਾ ਕਰ ਸਕਦੇ ਹੋ। ਇਸ ਲਈ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਹੋਰ ਸਬਜੈਕਟ ਭਰ ਕੇ ਫਿਲ ਕਰਕੇ ਪੀ ਐੱਸ ਟੈਟ ਵਿੱਚ ਦੇ ਸਕਦੇ ਹੋ, ਉਹਦੇ ਵਿੱਚ ਜ਼ਿਆਦਾ ਸਕੋਰ ਲੈ ਸਕਦੇ ਹੋ, ਤੁਸੀਂ ਉਹ ਵੀ ਫਿਲ ਕਰ ਸਕਦੇ ਹੋ, ਪਰ ਅਜਿਹਾ ਕਰਨਾ ਲੌਜੀਕਲੀ ਗਲਤ ਹੋਏਗਾ, ਕਿਉਂਕਿ ਅੱਗੇ ਜਾ ਕੇ ਜੋਬ ਵਿੱਚ ਤੁਹਾਨੂੰ ਪ੍ਰੋਬਲਮ ਆਉਣ ਦੀ ਸੰਭਾਵਨਾ ਹੈ, ਕਿਉਂਕਿ ਇੱਕ ਕੋਰਟ ਕੇਸ ਇਸ ਰਿਗਾਰਡਿੰਗ ਫਿਜ਼ੀਕਲ ਐਜੂਕੇਸ਼ਨ ਦਾ ਇੱਕ ਡਿਸੀਜ਼ਨ ਆ ਗਿਆ ਹੈ, ਅੱਗੇ ਪਟੀਸ਼ਨ ਹੋਣ ਵਾਲੀ ਹੈ, ਤਾਂ ਹੋਣ ਵਾਲਾ ਹੈ। ਸੋ ਸਭ ਦਾ ਕਲੀਅਰ ਹੈ, ਐੱਸ ਐੱਸ ਟੀ ਵਾਲਿਆਂ ਦਾ ਕਲੀਅਰ ਹੈ, ਕਮਰਸ ਵਾਲੇ ਜੇ ਬੱਚਾ ਸੋਸ਼ਲ ਸਾਇੰਸ 'ਚ ਜਾਂਦਾ ਹੈ ਤਾਂ ਉਸ ਨੂੰ ਪੀ ਐੱਸ ਟੈਟ ਸੋਸ਼ਲ ਸਾਇੰਸ ਵਿੱਚ ਹੀ ਭਰਨਾ ਚਾਹੀਦਾ ਹੈ। ਜੇਕਰ ਮੈਥ ਸਾਇੰਸ ਵਾਲਾ ਬੱਚਾ ਹੈ ਉਹ ਸਾਇੰਸ ਸਟਰੀਮ ਹੀ ਭਰੇਗਾ, ਮੈਥ ਸਾਇੰਸ। ਹਾਂ, ਜੇ ਮੈਥ ਇਕਨੋਮਿਕਸ ਹੈ, ਇਸ ਨੂੰ ਸਮਝ ਲਓ, ਜੇ ਮੈਥ ਇਕਨੋਮਿਕਸ ਹੈ ਤਾਂ ਕਿਉਂਕਿ ਇਹਨਾਂ ਨੇ ਇਕਨੋਮਿਕਸ ਸੋਸ਼ਲ ਸਟੱਡੀ ਪੜ੍ਹੀ ਹੋਈ ਹੈ, ਔਰ ਇਹ ਪੀ ਐੱਸ ਟੈਟ ਐੱਸ ਐੱਸ ਟੀ ਸਟਰੀਮ ਨਾਲ ਭਰ ਸਕਦੇ ਨੇ। ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਵੇ, ਇਹਨਾਂ ਲਈ ਸੌਖਾ ਇਸ ਲਈ ਹੋਏਗਾ ਕਿ ਇਕਨੋਮਿਕਸ ਪੜ੍ਹੀ ਹੈ, ਐੱਸ ਐੱਸ ਟੀ ਵਾਲੀ ਸਟਰੀਮ ਜਿਹੜੀ ਸੋਸ਼ਲ ਸਾਇੰਸ ਵਾਲੀ ਸਟਰੀਮ ਇਹਨਾਂ ਨੇ ਲੈ ਲਈ ਹੈ, ਅਤੇ ਹੁਣ ਇਹਨਾਂ ਨੂੰ ਆਨਸਰ ਹਿਸਟਰੀ ਪੋਲੀਟੀਕਲ ਸਾਇੰਸ ਜੋਗ੍ਰਾਫੀ ਵਿੱਚੋਂ ਹੀ ਦੇਣੇ ਪੈਣਗੇ। ਹਾਂ, ਸਾਇੰਸ ਨਹੀਂ ਦੇਣਾ ਪਏਗਾ, ਇਹ ਇਹਨਾਂ ਲਈ ਜਿਹੜਾ ਹੈ ਡਿਫਰੈਂਟ ਆਸਪੈਕਟ ਹੈ। ਸੋ ਇਹ ਗੱਲਾਂ ਸਨ ਕਿ ਜਿਹੜੇ 3 ਗੱਲਾਂ ਅਸੀਂ ਕੀਤੀਆਂ, ਅਤੇ ਇੱਕ ਸੋਸ਼ਲ ਸਾਇੰਸ ਬਿਲਕੁਲ ਕਲੀਅਰ ਹੈ, ਕਮਰਸ ਵਾਲਿਆਂ ਨੇ ਸੋਸ਼ਲ ਸਾਇੰਸ ਵੱਲ ਜਾਣਾ ਹੈ ਤਾਂ ਉਹ ਸੋਸ਼ਲ ਸਾਇੰਸ ਸਟਰੀਮ ਫਿਲ ਕਰਨਗੇ। ਹਾਂ, ਜੇ ਵਿੱਚ ਵਾਲਾ ਪ੍ਰੋਗਰਾਮ ਬਣਦਾ ਹੈ ਇਕਨੋਮਿਕਸ ਦੇ ਨਾਲ ਮੈਥ, ਉਹ ਐਡੀਸ਼ਨਲ ਪੇਪਰ ਦਿੰਦੇ ਨੇ, ਹੈ ਨਾ, ਫਿਰ ਉਹ ਇਕਨੋਮਿਕਸ ਦੇ ਬੇਸ 'ਤੇ ਸੋਸ਼ਲ ਸਾਇੰਸ ਵੀ ਫਿਲ ਕਰ ਸਕਦੇ ਨੇ, ਮੈਥ ਦੇ ਬੇਸ 'ਤੇ ਮੈਥ ਸਾਇੰਸ ਵੀ ਫਿਲ ਕਰ ਸਕਦੇ ਨੇ, ਬਸ ਸਾਇੰਸ ਦੇ ਸਵਾਲਾਂ ਦਾ ਜਵਾਬ ਫਿਰ ਦੇਣਾ ਪਏਗਾ। ਸੋ ਇਹ ਹੈ, ਇਸ ਤੋਂ ਇਲਾਵਾ ਮੇਰੇ ਖਿਆਲ ਵਿੱਚ ਹੋਰ ਜਿਹੜੀਆਂ ਸਟਰੀਮਸ ਨੇ ਇੱਥੇ ਲਿਖੀਆਂ ਹੋਈਆਂ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ। ਪਿਛਲੀ ਵਾਰ ਜਿਹੜੀਆਂ ਸਟਰੀਮਸ ਦਾ ਟੈਸਟ ਹੋਇਆ ਹੈ, ਜੇਕਰ ਤੁਸੀਂ ਫਿਜ਼ੀਕਲ ਐਜੂਕੇਸ਼ਨ ਦੇ ਹੋ, ਇਹ ਹੋ ਗਿਆ ਤੁਹਾਡਾ ਮੈਥ, ਇਹਦੀ ਗੱਲ ਕਰਾਏ ਹਾਂ, ਠੀਕ, ਸੋਸ਼ਲ ਸਟੱਡੀ ਦੀ ਗੱਲ ਹੋ ਗਈ, ਔਰ ਆਰਟ ਐਂਡ ਕਰਾਫਟ ਦੇ ਹੋ ਤਾਂ ਤੁਸੀਂ ਇਹ ਦੋਨੋਂ ਨਹੀਂ ਫਿਲ ਕਰੋਗੇ, ਇਹ ਪਹਿਲੇ ਵਾਲੀਆਂ ਕਾਮਨ ਹੈ, ਤੁਸੀਂ ਆਰਟ ਐਂਡ ਕਰਾਫਟ ਹੀ ਫਿਲ ਕਰੋਗੇ ਤਾਂ ਤੁਹਾਡੇ 60 ਕੁਐਸਚਨ ਉਸੇ ਦੇ ਹੀ ਆਉਣੇ ਹਨ। ਫਿਜ਼ੀਕਲ ਐਜੂਕੇਸ਼ਨ ਦੇ ਹੋ, ਕਿਉਂਕਿ ਕੇਸ ਤੁਹਾਡਾ ਚੱਲ ਰਿਹਾ ਹੈ, ਇਸ ਲਈ ਫਿਜ਼ੀਕਲ ਐਜੂਕੇਸ਼ਨ ਵਾਲੇ ਫਿਜ਼ੀਕਲ ਐਜੂਕੇਸ਼ਨ ਨੂੰ ਹੀ ਓਪਟ ਕਰਨ। ਦੂਸਰਾ ਫਾਇਦਾ ਕੀ ਹੈ ਕਿ 60 ਕੁਐਸਚਨ
ਜਿਹੜੇ ਹੈ ਉਸ ਨਾਲ ਰਿਲੇਟਡ ਹੀ ਆਉਣਗੇ। ਸੋ ਹੋਮ ਸਾਇੰਸ ਵਾਲੇ ਹੋਮ ਸਾਇੰਸ ਹੀ ਫਿਲ ਕਰਨਗੇ, ਇਹ ਸਭ ਕਲੀਅਰ ਹੈ, ਦੱਸਣ ਦੀ ਕੋਈ ਲੋੜ ਨਹੀਂ ਹੈ। ਉਰਦੂ ਦੇ ਬੱਚੇ ਇਕੱਠ ਹੈ ਲੇਕਿਨ ਉਰਦੂ ਵਾਲੇ ਉਰਦੂ ਹੀ ਲੈਣਗੇ ਆਪਸ਼ਨ। ਅੱਛਾ, ਲੈਂਗੁਏਜ ਦੀ ਹੋਰ ਕੋਈ ਆਪਸ਼ਨ ਨਹੀਂ ਹੈ, ਇਹ ਕੁਸ਼ਚਨ ਵੀ ਪੁੱਛੇ ਜਾ ਰਹੇ ਨੇ। ਸੰਸਕ੍ਰਿਤ ਹੈ ਨਾ, ਲੈਂਗੁਏਜ ਦੀ ਹੋਰ ਕੋਈ ਆਪਸ਼ਨ ਨਹੀਂ ਹੈ। ਜੇ ਤੁਸੀਂ ਪੰਜਾਬੀ ਦੇ ਟੀਚਰ ਬਣਨਾ ਹੈ ਤਾਂ ਤੁਸੀਂ SST ਵਿੱਚ PSTET ਕਲੀਅਰ ਕਰ ਲਿਆ ਹੈ ਤਾਂ ਤੁਸੀਂ ਐਲੀਜੀਬਲ ਹੋ, ਉਹਦੇ ਵਿੱਚ ਕੋਈ ਸਮੱਸਿਆ ਨਹੀਂ ਹੈ। ਇੰਗਲਿਸ਼ ਦੇ ਬਣਨਾ ਹੈ, ਤੁਸੀਂ SST 'ਚ ਕੀਤਾ ਹੋਇਆ ਹੈ, ਤੁਸੀਂ ਐਲੀਜੀਬਲ ਹੋ। ਸਿਰਫ 2-3 ਲੈਂਗੁਏਜ ਲਈ ਹੈ ਕਿ ਇਹਨਾਂ ਲਈ ਉਰਦੂ ਦਾ ਹੈ ਤਾਂ ਉਰਦੂ ਉਹਨਾਂ ਲਈ ਹੋਵੇ, ਕਿਉਂਕਿ ਉਹ ਹਿੰਦੀ, ਪੰਜਾਬੀ, ਇੰਗਲਿਸ਼ ਇਹਨਾਂ ਤੋਂ ਥੋੜ੍ਹੇ ਜਿਹੇ ਬਾਹਰ ਹੀ ਹੋ ਸਕਦੇ ਨੇ। ਦੂਸਰਾ ਸੰਸਕ੍ਰਿਤ ਹੈ, ਬਾਕੀਆਂ ਲਈ ਸਭ ਕੁਝ ਸੇਮ ਹੈ। ਲਾਸਟ ਆਪਸ਼ਨ ਉਹਨੇ ਦਿੱਤੀ ਹੈ ਫੋਰ ਐਨੀ ਅਦਰ ਟੀਚਰ, ਆਈਦਰ ਏ ਔਰ ਬੀ, ਤੁਸੀਂ ਮੈਥ ਔਰ ਸਾਇੰਸ ਜਾਂ ਸੋਸ਼ਲ ਸਟੱਡੀ, ਇਹ ਲਿਖੀਆਂ ਹੋਈਆਂ ਨੇ। ਇਹ ਆਈਦਰ ਜੇ ਲਿਖਿਆ ਹੋਇਆ ਹੈ, ਜੇ ਗੌਰਮੈਂਟ ਵੱਲੋਂ ਲਿਖਿਆ ਹੋਇਆ ਹੈ, ਤਾਂ ਇੱਥੇ ਉਹ ਮੈਥ ਇਕਨੋਮਿਕਸ, ਮੈਥ ਇਕਨੋਮਿਕਸ ਵਾਲੇ ਜਿਹੜੇ ਹਨ ਉਹ ਉਹਨਾਂ ਨੂੰ ਕਲੀਅਰ ਕੱਟ ਹੈ ਕਿ ਉਹ ਇਹ ਇਸਦੇ ਬੇਸ 'ਤੇ ਸੋਸ਼ਲ ਸਾਇੰਸ ਸਟਰੀਮ ਵੀ ਲੈ ਸਕਦੇ ਹਨ, ਇਹਦੇ ਬੇਸ 'ਤੇ ਸਾਇੰਸ ਸਟਰੀਮ ਵੀ ਲੈ ਸਕਦੇ ਹਨ। ਸੋ ਇਹਦੇ ਰਿਗਾਰਡਿੰਗ ਕੋਈ ਕਨਫਿਊਜ਼ਨ ਹੋਵੇ ਪੁੱਛ ਸਕਦੇ ਹੋ, ਲੇਕਿਨ ਮੋਸਟਲੀ ਜੋ ਲਾਰਜਲੀ ਬੱਚੇ ਨੇ ਉਹ ਇਹ 2 ਸਟਰੀਮ ਦੇ ਹੀ ਹੁੰਦੇ ਹਨ। ਸੋ ਬਾਕੀਆਂ ਨੂੰ ਕੁਸ਼ਚਨ ਹੋ ਸਕਦਾ ਹੈ, ਤੁਸੀਂ ਕੁਸ਼ਚਨ ਕਰ ਸਕਦੇ ਹੋ।